ਭਾਰ ਬਣਾਇਆ ਹੈ ਮਨ ਮੈਂ ਪਰਮਜੀਤ ਸਿੰਘ ਬਾੜੀ ਪ੍ਰੋਪਰਟੀ ਐਸੋਸੀਏਸ਼ਨ ਧੂਰੀ ਤੋਂ ਪ੍ਰਧਾਨ। ਮਸਲਾ ਕੀ ਹੈ ਜੋ ਅੱਜ? ਮਸਲਾ ਇਹ ਹੈ ਜੀ, ਸਾਡਾ ਕਾਫੀ ਲੰਮੇ ਸਮੇਂ ਤੋਂ ਤਕਰੀਬਨ ਮੰਨ ਕੇ ਚੱਲੋ ਜਦੋਂ ਦੀ ਸਰਕਾਰ ਬਣੀ ਆ ਉਦੋਂ ਅਸੀਂ ਉਦੋਂ ਤੋਂ ਹੀ ਇਹਨਾਂ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਝੂਠ ਵਿੱਚ ਫਸ ਕੇ ਇਹਨਾਂ ਦੀ ਸਰਕਾਰ ਬਣਾ ਤੀ। ਉਹ ਬਹੁਤ ਵੱਡਾ ਜਿਹੜਾ ਮਤਲਬ ਅਸੀਂ ਗਲਤੀ ਕਰ ਬੈਠੇ ਉਹਦਾ ਜਿਹੜਾ ਹਰਜਾਨਾ ਅਸੀਂ ਉਹ ਭੁਗਤ ਰਹੇ ਹਾਂ। ਇਸ ਕਰਕੇ ਹੁਣ ਇਹ 2 ਸਾਲ ਤੋਂ ਤਕਰੀਬਨ ਹੁਣ ਸਾਨੂੰ ਕਾਫੀ ਟਾਈਮ ਤੋਂ ਜਿਹੜਾ NOCਆਂ ਦਾ ਮਸਲਾ ਹੈਗਾ, NOCਆਂ ਦਾ ਮਸਲਾ ਬਹੁਤ ਗੰਭੀਰ ਹੈ। NOC ਕੋਈ ਵੀ ਦੇ ਨਹੀਂ ਰਹੇ, ਜਿਹੜੀ ਜਾਇਜ਼ NOC ਵੀ ਹੈ ਉਸ ਵਾਸਤੇ ਵੀ EO ਸਾਹਿਬ ਨੇ ਜਿਹੜੇ ਇੱਥੇ ਸਾਡੇ ਭਰਾਵਾਂ ਦੇ ਬਹੁਤ ਜ਼ਿਆਦਾ ਚੱਕਰ ਲਵਾਉਂਦੇ ਨੇ, ਲਵਾਉਣ ਤੋਂ ਬਾਅਦ ਉਸ ਤੋਂ ਬਾਅਦ ਵੀ ਜਵਾਬ ਦੇ ਦਿੰਦੇ ਨੇ ਵੀ ਇਹ ਬਣਨੀ ਨਹੀਂ, ਕਿਉਂਕਿ ਜੇ ਨਹੀਂ ਬਣਨੀ ਤਾਂ ਅਗਲੇ ਨੂੰ ਪਹਿਲੀ ਵਾਰੀ ਜਵਾਬ ਦੇ ਦਿਓ। ਦੂਸਰੀ ਗੱਲ ਇਹ ਹੈ ਵੀ ਉਹਦੇ ਵਿੱਚ ਜਦੋਂ ਕੋਈ ਪਲਾਟ, ਇੱਕ ਪਲਾਟ ਦੇ ਵਿੱਚੋਂ 2 ਭਰਾ ਨੇ, ਬੰਦਾ ਅੱਧੀ ਵੇਚਣਾ ਚਾਹੁੰਦਾ ਹੈਗਾ, ਇੱਕ ਕਹਿੰਦਾ ਮੈਂ ਨਹੀਂ ਵੇਚਣਾ, ਦੂਜੇ ਨੂੰ ਲੋੜ ਹੈ, ਉਸ ਦੇ ਅਗਲਾ ਪੈਸੇ ਭਰ ਕੇ ਅਗਲਾ ਕਹਿੰਦਾ ਵੀ 1,000-1,500 ਰੁਪਏ ਸਾਡੇ ਤੋਂ ਵੱਧ ਭਰਵਾ ਲਓ, ਪਰ ਫਿਰ ਵੀ ਨਹੀਂ ਪੈਸੇ ਭਰਵਾ ਕੇ ਵੀ ਮਤਲਬ ਇਹ ਦੇਣ ਨੂੰ ਤਿਆਰ ਨਹੀਂ, ਜਦਕਿ ਸਰਕਾਰ ਦੀ ਪਾਲਿਸੀ ਹੈ ਵੀ ਪੈਸੇ ਭਰਾ ਕੇ ਤੁਸੀਂ ਦੇ ਦਿਓ। ਇਸ ਕਰਕੇ ਇਹ ਜਿਹੜਾ ਸੰਘਰਸ਼ ਹੈ ਅਸੀਂ ਕਰ ਰਹੇ ਹਾਂਗੇ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਵੀ ਕਰਿਆ, ਅੱਜ ਇਹ ਜਿਹੜਾ ਅਸੀਂ ਰੋਸ ਮਾਰਚ ਹੈ ਇਹ ਬਾਜ਼ਾਰ ਦੇ ਵਿੱਚ ਦੀ ਅਸੀਂ ਰੋਸ ਮਾਰਚ ਕੱਢਾਂਗੇ। ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਸਾਡਾ ਵੀ ਹੋ ਸਕਦਾ ਅਸੀਂ ਕੋਈ ਪੱਕੇ ਤੌਰ 'ਤੇ ਕੋਈ ਰੋਡ ਜਾਮ ਕਰੀਏ, ਕਿਉਂਕਿ ਸਰਕਾਰ ਦੇ ਕੰਨਾਂ 'ਤੇ ਜੂੰ ਫੇਰ ਹੀ ਸਰਕੂਗੀ, ਸਰਕਾਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ। ਹਰ ਵਰਗ ਮਤਲਬ ਰੋਡ ਸੜਕਾਂ 'ਤੇ ਫਿਰਨ ਲਈ ਮਜਬੂਰ ਹੈ, ਸਾਡੀ ਕੋਈ ਵੀ ਸੁਣਦਾ ਨਹੀਂ ਹੈਗਾ। ਹੁਣ ਵੀ ਸਾਨੂੰ ਇੰਨਾ ਟਾਈਮ ਹੋ ਗਿਆ ਇੱਥੇ ਖੜ੍ਹੇ ਨੂੰ, ਅਫਸਰ ਵੀ ਬੈਠੇ ਨੇ, ADC ਸਾਹਿਬ ਬੈਠੇ ਨੇ, ਜਦਕਿ ਪਹਿਲਾਂ ਭਗਵੰਤ ਮਾਨ ਦੀ ਮੈਸੇਜ ਆਈ ਉਸ ਦਿਨ ਵੀ ਅਸੀਂ ਮਿਲੇ 2-3 ਘੰਟੇ ਪਹਿਲਾਂ ਸਾਨੂੰ ਮਿਲਣ ਨੂੰ ਲੱਗੇ, ਕਿਉਂਕਿ ਫੋਰਸ ਬਹੁਤ ਜ਼ਿਆਦਾ ਹੁੰਦੀ ਹੈ। ਉਹਨਾਂ ਮਿਲਣ ਤੋਂ ਬਾਅਦ ਭਰੋਸਾ ਦਵਾਇਆ ਵੀ ਸਾਨੂੰ 2-4 ਦਿਨ ਦੇ ਵਿੱਚ ਤੁਹਾਡਾ ਮਸਲਾ ਜਿਹੜਾ ਹੱਲ ਕਰ ਦਾਂਗੇ। ਦੂਸਰੇ ਪਾਸੇ ਜਿਹੜੀ ਹੁਣ ਮਤਲਬ ਖਬਰ ਸੁਣਨ ਨੂੰ ਆਈ ਹੈ ਵੀ ਤਹਿਸੀਲ ਦੇ ਵਿੱਚ 15-15-20,000 ਰੁਪਇਆ ਲੈ ਕੇ ਬਿਨਾਂ NOC ਤੋਂ ਵੀ ਰਿਸ਼ਤੀਆਂ ਹੁੰਦੀਆਂ ਨੇ 2 ਨੰਬਰ ਦੇ ਵਿੱਚ, ਵੀ ਉਹ ਫਿਰ ਕਿਹੜਾ ਕਾਨੂੰਨ ਹੈ, ਉਹ ਕਿਹੜੇ ਕਾਨੂੰਨ ਦੇ ਤਹਿਤ ਹੁੰਦੀਆਂ ਨੇਗੀਆਂ? ਇਸ ਚੀਜ਼ ਦਾ ਵੀ ਸਾਨੂੰ ਜਵਾਬ ਦਿੱਤਾ ਜਾਵੇ। ਇੱਕ ਪਾਸੇ ਜੀਰੋ ਟੋਲਰੈਂਸ ਕਹਿੰਦੇ ਨੇ, ਦੂਸਰੇ ਪਾਸੇ 15-15-20,000 ਰੁਪਇਆ ਦਿਓ, ਸ਼ਾਮ ਨੂੰ 6 ਵਜੇ ਤੋਂ ਬਾਅਦ ਹਨੇਰੇ ਦੇ ਵਿੱਚ ਰਿਸ਼ਤੀਆਂ ਕਰਵਾ ਲਓ, ਜਦੋਂ ਮਰਜ਼ੀ ਕਰਵਾ ਲਓ। ਇਸ ਕਰਕੇ ਇਹ ਜਿਹੜਾ ਸਾਡਾ ਸੰਘਰਸ਼ ਹੈ ਇਹ ਹੋਰ ਤੇਜ਼ ਕਰਾਂਗੇ। ਇਹ ਪੰਜਾਬ ਲੈਵਲ 'ਤੇ ਹੈ ਜੀ ਪੂਰਾ NOC ਦਾ, ਸਾਰੇ ਪੰਜਾਬ ਲੈਵਲ 'ਤੇ ਔਖੇ ਨੇ ਬੰਦੇ, ਕਿਤੇ ਕਿਸੇ ਪਾਸੇ NOC ਨਹੀਂ ਮਿਲ ਰਹੀ, ਖਾਸ ਕਰਕੇ ਸਾਡੇ ਧੂਰੀ ਸ਼ਹਿਰ CM ਸਿਟੀ ਹੋਣ ਕਰਕੇ EO ਇਹੋ ਜਿਹਾ ਮਤਲਬ ਇੱਥੇ ਲਾਇਆ ਹੋਇਆ ਹੈਗਾ ਜੋ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ। EO ਸਾਹਿਬ, ਸਾਡੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਅਸੀਂ, ਇੱਕ ਆਹ ਸ਼ਹਿਰ ਦਾ ਵਿਚਾਲੜਾ ਹਿੱਸਾ ਜਿਹਦੇ ਵਿੱਚ ਤਹਿਸੀਲ ਮੁਹੱਲਾ, 50 ਫੁੱਟੀ, ਸ਼ਿਵਪੁਰੀ, ਮਾਲਗਦਾਮ, ਇਹ ਸਾਰੇ ਏਰੀਏ, ਮਿੱਲ ਵਾਲਾ ਏਰੀਆ ਸਾਰਾ ਇਹ 100-100 ਸਾਲ ਦਾ ਵਸਿਆ ਹੋਇਆ। ਇੱਥੇ ਧੂਰੀ ਦੇ ਵਿੱਚ ਮੁਰੱਬੇਬੰਦੀ ਨਾ ਹੋਣ ਕਾਰਨ ਜਿਹੜੀ 50% ਰਜਿਸਟਰੀ ਹੈ ਉਹ ਨਕਸ਼ਿਆਂ 'ਤੇ ਹੋਈ ਹੋਈ ਹੈ, ਉਹਦਾ ਜਮ੍ਹਾਂਬੰਦੀ ਨਹੀਂ ਹੈਗੀ। ਜਦੋਂ ਅਸੀਂ EO ਸਾਹਿਬ ਕੋਲ ਉਹਦੀ ਲੈਣ ਜਾਂਦੇ ਹਾਂ NOC, ਪਹਿਲਾਂ ਤਾਂ ਇਹੀ ਕਹਿੰਦੇ ਨੇ ਜੀ ਇਹਦੀ ਜਮ੍ਹਾਂਬੰਦੀ ਨਹੀਂ ਹੈਗੀ, ਇਹ ਮਿਲਦੀ ਨਹੀਂ। ਕਿਉਂ ਜੀ? ਜਦੋਂ ਸਰਕਾਰ ਦਾ ਅਸੂਲ ਹੈ ਜਿਹੜੀ ਪ੍ਰੋਪਰਟੀ 95 ਤੋਂ ਪਹਿਲਾਂ ਦੀ ਹੈ ਉਹਦੀ ਕੋਈ NOC ਦੀ ਜ਼ਰੂਰਤ ਨਹੀਂ ਹੈਗੀ। ਫਿਰ EO ਸਾਹਿਬ ਕਹਿੰਦੇ ਨੇ ਵੀ ਇਹ ਤਾਂ ਜ਼ਰੂਰਤ ਹੀ ਨਹੀਂ, ਉੱਥੇ ਜਾ ਕੇ ਤਹਿਸੀਲਦਾਰ ਕਹਿ ਦਿੰਦਾ ਵੀ ਪਹਿਲਾਂ NOC ਲੈ ਕੇ ਆਓ, ਮੈਂ ਫਿਰ ਕਰੂੰਗਾ। ਉਹਦਾ ਕਾਰਨ ਕੀ ਹੈ ਕਿ ਇੱਥੋਂ ਕਰਨਾ ਨਹੀਂ, ਉਹਨਾਂ ਦੀ ਜੇਬ ਗਰਮ ਕਰਨੀ ਪੈਣੀ ਹੈ। ਇਸ ਤਰ੍ਹਾਂ ਹੀ ਸ਼ਹਿਰ ਦੇ ਆਲੇ ਦੁਆਲੇ 25 ਕਲੋਨੀਆਂ ਨਵੀਆਂ ਘਟ ਗਈਆਂ ਆਹ 25-30 ਸਾਲ ਦੇ ਵਿੱਚ, ਜਿਵੇਂ ਪ੍ਰੀਤ ਵਿਹਾਰ, ਗਿੰਦਰੀ, ਅਗਰਸੈਨ ਕਲੋਨੀ, ਅਜੀਤ ਨਗਰ ਕਲੋਨੀ, ਹੋਰ 20-25 ਕਲੋਨੀਆਂ ਘਟ ਗਈਆਂ। ਉੱਥੇ ਸਰਕਾਰ ਨੇ
ਸੀਵਰੇਜ ਪਾਤੇ, ਪਾਣੀ ਪਾਤਾ, ਆਪਣੇ ਬਿਜਲੀ ਪਾਤੀ, ਸਾਰੇ ਮਕਾਨਾਂ ਦੇ ਨਕਸ਼ੇ ਪਾਸ ਨੇ, ਜੇ ਉੱਥੇ ਖਾਲੀ ਪਲਾਟ ਪਏ ਨੇ। ਈ ਓ ਸਾਹਿਬ ਕਹਿੰਦੇ ਨੇ ਇਹ ਤਾਂ ਅਨਪਰੂਵਡ ਕਲੋਨੀ ਹੈ। ਤੁਸੀਂ ਇਹ ਦੱਸੋ, ਤੁਸੀਂ ਉੱਥੇ ਨਕਸ਼ੇ ਪਾਸ ਕਰਤੇ, ਤੁਸੀਂ ਸੀਵਰੇਜ ਦਾ ਬਿੱਲ ਲੈਂਦੇ ਹੋ, ਤੁਸੀਂ ਪਾਣੀ ਦਾ ਬਿੱਲ ਲੈਂਦੇ ਹੋ, ਕਿਵੇਂ ਉਹਨੇ ਚਾਰ 10-10 ਵਾਰੀ ਉਹ ਪਲਾਟ ਵਿਕ ਚੁੱਕੇ, ਸਰਕਾਰਾਂ ਨੂੰ ਉਹਨਾਂ ਦੀ ਅਸ਼ਟਾਮ ਦੀ ਆਮਦਨ ਚਲੀ ਗਈ, ਫਿਰ ਉਹ ਕਿਵੇਂ ਅਨਪਰੂਵਡ ਨੇ? ਇਹ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ। ਇਹ ਸਰਕਾਰ ਨਹੀਂ ਜਿਹੜੇ ਇਹੋ ਜਿਹੇ ਮੁਲਾਜ਼ਮ ਨੇ, ਇਹਨਾਂ ਨੇ ਸਰਕਾਰ ਨੂੰ ਗਲਤ ਕੰਮ ਕਰਨ ਦਾ ਤਾਨਾ। ਇਹ ਤੋਂ ਪਹਿਲਾਂ ਕੰਮ ਹੁੰਦੀ ਸੀਗੇ। ਮੈਂ ਕਹਿੰਦਾ ਸੀ ਫੀਸ ਭਰਨ ਨੂੰ ਤਿਆਰ ਹੈ। ਜੇ ਸਾਨੇ ਅੱਜ ਤੋਂ 3 ਸਾਲ ਪਹਿਲਾਂ ਟੈਕਸ ਭਰ ਕੇ, ਪਹਿਲਾਂ ਆਫਲਾਈਨ ਐਂਡੋਸੀ ਹੁੰਦੀ ਸੀਗੀ, ਆਫਲਾਈਨ ਮਿਲਦੀ ਸੀ, ਹੁਣ ਇਹ ਆਨਲਾਈਨ ਦਿੰਦੇ ਨੇ। ਉਹ ਆਫਲਾਈਨ ਨੂੰ ਮੰਨਦੇ ਨਹੀਂ ਗਏ, ਦੂਜੀ ਵਾਰ ਪੈਸੇ ਭਰੋ, ਫਿਰ ਤਾਂ ਅਸੀਂ ਇੰਨਾ ਜੋਗੀ ਰਹਿ ਗਏ। ਇਹ ਐਨਓਸੀ ਦਿੰਦਾ ਨਹੀਂ, ਤਹਿਸੀਲਦਾਰ ਕਹਿੰਦਾ ਪਹਿਲਾਂ 15-20 ਹਜ਼ਾਰ ਲਿਆਓ, ਮੈਂ ਫਿਰ ਕਰੂੰ। ਰਿਸ਼ਵਤ ਡਬਲ ਕਰਤੀ, ਬਦਲਾ ਆ ਗਿਆ, ਬਦਲਾ ਦੇਖੋ ਜੀ। ਸਾਰੇ ਡੀਲਰਾਂ ਨੂੰ ਅੱਜ ਪ੍ਰੋਟੈਸਟ ਤਾਂ ਕਰਨਾ ਪੈ ਰਿਹਾ ਦੁਬਾਰਾ, ਕਿਉਂਕਿ ਸਾਡੇ ਅਫਸਰ ਸਾਹਿਬਾਂ ਤੇ ਕੋਈ ਕੰਨ ਤੇ ਜੂ ਨਹੀਂ ਸਰਕ ਰਹੀ। ਐਨਓਸੀਆਂ ਦਾ ਮਸਲਾ ਹਲੇ ਵੀ ਦਸ ਦਾ ਮਸਾ ਹੈ। ਫੀਸਾਂ ਭਰਾਈਆਂ ਜਾ ਰਹੀਆਂ ਨੇ, ਜਾਇਜ਼ ਐਨਓਸੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਸ ਕਰਕੇ ਸਾਰਿਆਂ ਦੇ ਵਿੱਚ ਰੋਸ ਹੈ ਅਤੇ ਅਸੀਂ ਫਿਰ ਅੱਜ ਬੇਨਤੀ ਕਰਨਾ। ਏਡੀਸੀ ਸਾਹਿਬ ਵੀ ਬੈਠੇ ਆ, ਪਰ ਹਾਲੇ ਤੱਕ ਕੋਈ ਵੀ ਨੁਮਾਇੰਦਾ ਇੱਕ ਵਾਰੀ ਵੀ ਬਾਹਰ ਮਿਲਣ ਵਾਸਤੇ ਨਹੀਂ ਆਇਆ। ਦੇਖੋ ਕਿੰਨੀ ਬੇਗੈਰਤ ਸਰਕਾਰ। ਜਿਮੀ ਗਰਗ ਜੀ, ਮੈਂ ਤਾਂ ਜੀ ਬਸ ਆਪਣੇ ਹਿਸਾਬ ਨਾਲ ਇੱਕ ਗੱਲ ਇਹ ਕਹੂੰਗਾ, ਜਦੋਂ ਇਹ ਵੋਟਾਂ ਮੰਗਣ ਆਉਂਦੇ ਨੇ, ਵੋਟਾਂ ਮੰਗਣ ਆਉਂਦੇ ਨੇ, ਉਹੀ ਗਲੀਆਂ ਨੇ, ਉਹੀ ਨਾਲੀਆਂ ਨੇ, ਉਦੋਂ ਇਹਨਾਂ ਅਸੀਂ ਕਿੱਥੇ ਜਾਂਦੇ ਨੇ? ਜੋ ਆਪਾਂ ਵੋਟਾਂ ਮੰਗਦੇ ਹਾਂ ਵੀ ਭਾਈ ਤੁਸੀਂ ਉਰੇ ਰਹਿੰਦੇ ਹੋ, ਉਹੀ ਪਲਾਟਾਂ ਦੀ ਅਸੀਂ ਰਿਸ਼ਤੇ ਕਰਵਾਉਣੀਆਂ ਨੇ ਜਾਂ ਉਹੀ ਘਰਾਂ ਦੀ ਰਿਸ਼ਤੇ ਕਰਵਾਉਣੀਆਂ ਨੇ। ਹੁਣ ਜੇ ਕਿਸੇ ਅੱਜ ਤੋਂ ਅੱਜ ਸਰਕਾਰ ਆਈ ਆ, ਆਮ ਆਦਮੀ ਪਾਰਟੀ ਆਈ ਹੈ, ਕੀ ਗੱਲ ਕਰ? ਇਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਆਈ ਨੇ, ਉਹ ਤੁਹਾਨੂੰ ਐਨਓਸੀ ਕੋਈ ਇੰਨੀ ਉਹ ਰਹੀ ਨਹੀਂ ਵੀ ਇੱਥੇ ਅਸੀਂ ਆਹ ਮੁਜ਼ਾਹਰੇ ਕਰੀਏ, ਉਹ ਕਰੀਏ, ਸਾਨੂੰ ਐਨਓਸੀਆਂ ਮਿਲਦੀਆਂ ਸੀ। ਉਹੀ ਪਾਰਟੀਆਂ ਨੇ, ਉਹੀ ਬੰਦੇ ਨੇ, ਉਹੀ ਲੋਕ ਨੇ, ਹੁਣ ਅਸੀਂ ਇਹਦੇ ਧੱਕੇ ਖਾਂਦੇ ਫਿਰਦੇ ਹਾਂ। ਜੇ ਅੱਜ ਉਹ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੇ ਪ੍ਰੋਪਰਟੀ ਦੇ ਉਹਨੇ ਰਜਿਸਟਰੀ ਕਰਾ ਲਈ, ਉਦੋਂ ਵੀ ਤਾਂ ਰਜਿਸਟਰੀ ਹੋਈ ਹੈ 20 ਸਾਲ ਪਹਿਲਾਂ ਤਾਂ, ਇਸ ਚੱਕ ਲਓ। ਹੁਣ ਅੱਜ ਉਹ ਬੱਚਾ ਵੱਡਾ ਹੋ ਗਿਆ, ਉਹਨੇ ਬਾਹਰਲੇ ਮੁਲਕ ਭੇਜਣਾ, ਕੋਈ ਬੱਚਾ ਬਿਮਾਰ ਪਿਆ, ਉਹ ਕਹਿੰਦਾ ਮੇਰੇ ਯਾਰ ਮੈਨੂੰ ਪੇਮੈਂਟ ਦੀ ਜ਼ਰੂਰਤ ਹੈ, ਉਹਨੇ ਬਾਹਰਲੇ ਮੁਲਕ ਜਾਣਾ, ਲੇਕਿਨ ਇੱਥੇ ਆ ਕੇ ਐਨਓਸੀ ਚੱਕਰ ਲਗਾਤਾ, ਕੀ ਗੱਲ? ਉਦੋਂ ਕਿਉਂ ਹੋ ਗਈ, ਹੁਣ ਕਿਉਂ ਨਹੀਂ ਹੋ ਰਹੀ? ਉਦੋਂ ਵੀ ਸਰਕਾਰ ਤਾਂ ਸਰਕਾਰ ਹੀ ਹੈ ਕਿ ਹੁਣ ਉਹ ਰਜਿਸਟਰੀਆਂ ਜਿਹੜੀ ਹੈਗੇ ਨੇ ਉਹ ਖਤਮ ਹੋ ਗਏ ਪੈਸੇ। ਬਸ ਤਾਂ ਇਹ ਦੋ ਭਾਈ ਨੇ 8 ਵਿਸਵੇ ਜਗ੍ਹਾ, 4 ਵਿਸਵੇ ਅਗਲਿਆਂ ਨੇ ਵੇਚਣਾ, 4 ਵਿਸਵੇ ਪਿਆ, ਉਹ ਇੱਕ ਨੇ ਬਾਹਰਲੇ ਮੁਲਕ ਜਾਣਾ, ਉਹ ਕਹਿੰਦਾ ਮੈਨੂੰ ਯਾਰ ਪੇਮੈਂਟ ਜ਼ਰੂਰਤ ਹੈ, ਇੱਥੇ ਅਸੀਂ ਆ ਕੇ ਜਾ ਕਹਿੰਦੇ ਹਾਂਜੀ ਸਾਨੂੰ 4 ਵਿਸਵੇ ਜਾਂ ਤੁਸੀਂ ਦੇ ਦਿਓ, ਇਹ ਕਹਿੰਦੇ 8 ਵਿਸਵੇ ਪੈਸੇ ਭਰਨੇ ਪੈਣਗੇ, ਕੀ ਗੱਲ ਕਰ? ਚਲੋ 8 ਦੇ ਭਰਵਾ ਲਓ, ਫਿਰ ਇਹ ਨਹੀਂ ਹੈਗਾ ਜੀ ਆਹ ਚੇਂਜ ਦੀ ਉਹ ਚੇਂਜ ਦਾ, ਸਾਰਾ ਕੁਛ ਕਰ ਕਰਾ ਕੇ ਫਿਰ ਇੱਥੇ ਆ। ਹੁਣ ਸਾਈਡ ਬੰਦ ਪਈ ਹੈ ਜੀ, ਸਾਈਡ ਦਾ ਕੀ ਰੋਲ ਹੈ ਜੀ? ਕਿੰਨੀ ਤਰੀਕ ਤੋਂ ਬੰਦ ਹੈ ਜੀ? 22 ਤਰੀਕ ਤੋਂ ਨਹੀਂ, 1 ਮਿੰਟ, ਸਾਈਡ ਦਾ ਕੀ ਰੋਲ ਹੈ ਜੀ? 1 ਮਿੰਟ ਜੀ, ਸਾਈਡ ਦਾ ਰੋਲ ਕੀ ਹੈ? ਸਾਡਾ ਕੀ ਮਕਸਦ ਸਾਈਡ ਨਾਲ ਜੀ? ਸਾਨੂੰ ਤਾਂ ਐਨਓਸੀ ਤੱਕ ਮਕਸਦ ਹੈ, ਸਾਡਾ ਸਾਈਡ ਨਾਲ ਕੀ ਰੋਲ ਹੈ? ਹੁਣ ਆਨਲਾਈਨ ਵੀ ਨਹੀਂ ਮਿਲਦੀ, ਆਫਲਾਈਨ ਤਾਂ ਮਿਲਣੀ ਕੀ ਹੈ? ਇਹ ਵੀ ਹੁਣ ਸਰਕਾਰ ਦੀ ਗਲਤੀ ਹੈ ਜੀ ਕਿ ਉਹ ਵੀ ਸਾਡੀ ਗਲਤੀ ਹੈ? ਪੈਸੇ ਲੈ ਰਹੇ ਨੇ, ਉੱਥੇ ਰਿਸ਼ਤੇ ਹੋ ਰਹੇ ਨੇ, ਉੱਥੇ ਪੈਸੇ ਲੈ ਕੇ ਰਿਸ਼ਤੇ ਹੋ ਰਹੇ ਨੇ, ਜਿਹੜਾ ਆਮ ਬੰਦਾ ਉੱਥੇ ਹਰਾਸ਼ਮੈਂਟ ਹੋਇਆ, 20-20 ਹਜ਼ਾਰ ਰੁਪਏ ਕ੍ਰਿਸ਼ਤੇ ਦੇ ਹੋ ਰਹੇ ਹੈਗੇ, ਕੀ ਸਿਸਟਮ ਹੈ ਜੀ? ਸਭ ਤੋਂ ਗੰਭੀਰ ਇਹ ਹੈ ਜੀ ਵੀ ਜਿਹੜੀਆਂ ਰਜਿਸਟਰੀਆਂ ਪਹਿਲਾਂ ਕਿਸੇ ਅਫਸਰ ਨੇ ਕਰਤੀਆਂ, ਤਹਿਸੀਲਦਾਰ ਸਾਹਿਬ ਨੇ ਮੌਜੂਦ ਜਿਹੜੇ ਉਸ ਟਾਈਮ ਹੈਗੇ ਸੀ ਕਰਤੀਆਂ ਉਹਨਾਂ ਨੇ, ਕੀ ਉਹ ਅੱਜ ਦੀ ਡੇਟ 'ਚ ਕਾਗਜ਼ ਬਣ ਗਏ ਜੀ? ਉਹ ਕਾਗਜ਼ ਬਣ ਗਏ, ਉਹਦੀ ਐਨਓਸੀ ਮਿਲੂਗੀ ਨਹੀਂ ਤਾਂ ਉਹ 'ਤੇ ਜਿਹੜੇ ਬੰਦੇ ਨੇ ਪੈਸੇ ਲਾਤੇ, ਕਿਸੇ ਨੇ 20 ਲੱਖ ਲਾਤਾ, ਕਿਸੇ ਨੇ 25 ਲੱਖ ਲਾਤਾ, ਕਿਸੇ ਨੇ 50 ਲੱਖ ਲਾਤਾ, ਤਾਂ ਉਹ ਕਾਗਜ਼ ਬਣ ਗਿਆ ਜੀ? ਇਹ ਮੇਨ ਸਵਾਲ ਹੈ ਸਰਕਾਰ ਦੇ ਵਿੱਚ 20